ਕਈ ਬੰਦੇ ਗਾਣਾ ਵੀ ਚੱਕ ਲੈਂਦੇ ਨੇ, ਵਰਡ ਵੀ ਚੱਕ ਲੈਂਦੇ ਨੇ, ਕੰਪੋਜੀਸ਼ਨ ਵੀ ਚੱਕ ਲੈ, ਫਿਰ ਕਹਿਣਗੇ 300 ਮਿਲੀਅਨ ਵਿਊ ਹੋ ਗਿਆ ਜੀ ਸਾਡਾ। ਫਿਰ ਇਹਦਾ ਕੀ ਕਰੋਗੇ ਜਿਹੜਾ ਤੂਹੀ ਵਾਲਾ ਫੁੱਫੜ ਗਾਈ ਜਾਂਦਾ ਇਹਦਾ? ਮਾਨਕ ਆ ਜਾ ਓਏ ਓਏ ਮਾਨਾ, ਓਏ ਮਾਨਾ ਤੇਰਾ ਫੈਨ ਕੱਟਣਾ, ਆਜਾ 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 ਜਿਉਂਦਾ ਰਹਿ, ਆਜਾ ਤੇਰੇ ਲਈ ਗਾਣਾ ਲਿਖਿਆ ਸਪੈਸ਼ਲ ਮੈਂ, ਜਿਉਂਦਾ ਰਹਿ, ਦਬਣਾ ਨੇ ਧੂੜ ਕੱਢ ਦੇਣੀ। ਤੁਸੀਂ ਮੇਰੇ ਮੈਂ ਖਵਾਡਾ ਵਿੱਚ ਵਿਚਾਲੇ ਕੋਈ ਨੀ, ਰੀਸ ਕਈ ਖੱਚਰਾਂ ਨੇ ਕਰੀ ਹੋਈ, ਰੀਸ ਘੋੜੇ ਦੀ ਹੋਈ ਨੀ। ਸਿੱਧੂ ਮੂਸੇਵਾਲੇ ਤੂੰ ਅਜੇ ਬੱਚਾ ਹੈ ਤੇ ਬੱਬੂ ਮਾਨ ਉਸਤਾਦ। ਇੱਕ ਪਾਸੇ ਤਾਂ ਇਹ ਫੇਕ ਵਿਊ ਲੈਣ ਵਾਲਿਆਂ ਨੂੰ ਨਿੰਦਦਾ ਹੁੰਦਾ ਤੇ ਦੂਸਰੇ ਪਾਸੇ ਫੇਕ ਵਿਊ ਲੈਣ ਵਾਲਿਆਂ ਦੇ ਨਾਲ ਸਟੇਜ ਤੇ ਉਹਨਾਂ ਦੇ ਗਾਣਿਆਂ ਤੇ ਨੱਚੀ ਜਾਂਦਾ। ਇਹਦਾ ਯਾਰ ਕੋਈ ਸਟੈਂਡਰਡ ਸਟੂਡੈਂਟ ਹੈ ਹੀ ਨਹੀਂ ਬੱਬੂ ਮਾਨ ਦਾ ਯਾਰ। ਤੁਸੀਂ ਇੱਕ ਗੱਲ ਦੇਖੋ, ਹਾਲੀਵੁੱਡ ਵਾਲੇ ਆਪਾਂ ਨੂੰ ਸਪੋਰਟ ਕਰਦੇ ਤੇ ਸਾਰੇ ਆਪਦੇ ਬੰਦੇ ਸਾਡੀਆਂ ਲੱਤਾਂ ਖਿੱਚੀ ਜਾਂਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖਦੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧੂ ਮੂਸੇਵਾਲਾ ਨਵੀਂ ਪੀੜ੍ਹੀ ਦਾ ਇੱਕ ਅਜਿਹਾ ਗਾਇਕ ਹੈ ਜੋ ਕਿ ਅਕਸਰ ਆਪਣੇ ਗੀਤਾਂ ਤੇ ਸਟੇਜੀ ਰਿਪਲਾਈਜ਼ ਕਰਕੇ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਕਰਨ ਔਜਲਾ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਇਹ ਮਾਮਲਾ ਬੱਬੂ ਮਾਨ ਨਾਲ ਗਰਮਾਇਆ ਹੋਇਆ ਹੈ, ਜਿਸ ਵਿੱਚ ਕੁਝ ਲੋਕ ਬੱਬੂ ਮਾਨ ਦੀ ਤੇ ਕਈ ਮੂਸੇਵਾਲੇ ਦੀ ਸਪੋਰਟ ਕਰ ਰਹੇ ਹਨ। ਤਕਰੀਬਨ ਮਹੀਨਾ ਪਹਿਲਾਂ ਪਈ ਹੈ, ਪਰ ਦੇਖੀ ਮੈਂ ਗੱਲ ਪਰਸੋਂ ਆ, ਉਹਦੇ ਚ ਨਾ ਉਹਨੇ ਸਿੱਧੂ ਮੂਸੇਵਾਲੇ ਨੂੰ ਇਨਡਾਇਰੈਕਟਲੀ ਟਾਰਗੇਟ ਕੀਤਾ, ਕਹਿੰਦਾ ਲੋਕਾਂ ਨੇ ਕੀ ਲੈਣਾ ਤੇਰੀ ਕਾਲੀ ਰੇਂਜ ਤੋਂ। ਮੈਂ ਥੱਲੇ ਕਮੈਂਟ ਪੜ੍ਹੇ, ਸਾਰੇ ਕਮੈਂਟ ਸਿੱਧੂ ਦੇ ਹੱਕ ਚ ਤੇ ਬੱਬੂ ਮਾਨ ਦੇ ਖਿਲਾਫ਼। ਕਈ ਕਮੈਂਟ ਪੜ੍ਹੇ ਵੀ ਜਿਸ ਚ ਲਿਖਿਆ ਵਾ ਉਹ ਭਰਾਵਾ ਲੋਕਾਂ ਨੇ ਸਿੱਧੂ ਮੂਸੇਵਾਲੇ ਦੀ ਕਾਲੀ ਰੇਂਜ ਤੋਂ ਉਹੀ ਕੁਛ ਲੈਣਾ ਜੋ ਕੁਝ ਕੁ ਸਾਲ ਪਹਿਲਾਂ ਲੋਕਾਂ ਨੇ ਓਪਨ ਪਜੈਰੋ ਤੋਂ ਲੈਣਾ ਸੀ ਜਾਂ ਕਾਲੀ ਜੈਪਸੀ ਤੋਂ ਲੈਣਾ ਸੀਗਾ। ਯਾਰ ਮੈਂ ਇਹ ਗੱਲ ਸੋਚ ਰਿਹਾ ਵੀ ਬੱਬੂ ਮਾਨ ਪਤਾ ਨੀ ਠੀਕ ਆ ਵੀ ਇੰਨਾ ਨੀ ਕਰਨਾ ਚਾਹੀਦਾ। ਉਹਨੇ ਕੋਈ ਕਲਾਕਾਰ ਛੱਡਿਆ ਹੀ ਨੀ ਜਿਹਨੂੰ ਉਹਨੇ ਨਾ ਭੰਡਿਆ ਹੋਵੇ। ਉਹਨਾਂ ਨੂੰ ਪਤਾ ਵੀ ਸਿੱਧੂ ਮੂਸੇਵਾਲੇ ਦਾ ਜਸ ਮਾਨਕ ਨਾਲ ਥੋੜਾ ਜਿਹਾ ਵਾਦ ਵਿਵਾਦ ਹੋਇਆ ਤੇ ਹੁਣ ਜਸ ਮਾਨਕ ਨਾਲ ਰਲ ਗਿਆ। ਇੱਕ ਪਾਸੇ ਤਾਂ ਇਹ ਫੇਕ ਵਿਊ ਲੈਣ ਵਾਲਿਆਂ ਨੂੰ ਨਿੰਦਦਾ ਹੁੰਦਾ ਤੇ ਦੂਸਰੇ ਪਾਸੇ ਫੇਕ ਵਿਊ ਲੈਣ ਵਾਲਿਆਂ ਦੇ ਨਾਲ ਸਟੇਜ ਤੇ ਉਹਨਾਂ ਦੇ ਗਾਣਿਆਂ ਤੇ ਨੱਚੀ ਜਾਂਦਾ। ਇਹਦਾ ਯਾਰ ਕੋਈ ਸਟੈਂਡਰਡ ਸਟੂਡੈਂਟ ਹੈ ਹੀ ਨੀ ਬੱਬੂ ਮਾਨ ਦਾ ਯਾਰ। ਇਹਨੇ 2-4 ਗਾਣੇ ਕੱਢ ਕਾਕਾ ਛੇਤੀ ਫੀਲਿੰਗ ਲੈ ਗਿਆ, ਉਹ ਤੈਨੂੰ ਲੱਗਿਆ ਕਿ ਤੇਰੇ ਸਿਰ ਤੇ ਇੰਡਸਟਰੀ ਟਿਕੀ ਹੋਈ ਸਾਰੀ ਆ। ਉਹ ਚਿੜੀਏ ਤੂੰ ਨਵੀਂ ਨਵੀਂ ਉੱਡਣ ਦੀਆਂ ਖਿੱਚੀਆਂ ਨੇ ਤਿਆਰੀਆਂ, ਆ ਜਾ ਪਹਿਲਾਂ ਆਸਮਾਨ ਚ ਬਾਜ ਮਾਰਦਾ ਫਿਰਦਾ ਉਡਾਰੀਆਂ, ਉਹ ਤੇਰੇ ਖੰਭ ਸਾਰੇ ਕੁਝ ਝੜਕੇ ਚ ਝਾੜ ਦਿਆਂਗੇ। ਉਹ ਜਿਹੜੇ ਤੂੰ 9-11 ਦੀ ਗੱਲ ਕਰਦਾ, ਜਦੋਂ ਪਿਆ ਵਾ ਤੇਰਾ ਟਰਾਲੇ ਨਾਲ ਪੁੱਤ ਤੇਰਾ 9-11 ਵੀ ਵਿਚਾਲੇ ਉਹ ਪਾੜ ਦਿਆਂਗੇ। ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲੇ ਨੇ ਜਸ ਮਾਨਕ ਉੱਪਰ ਆਪਣੇ ਲਿਖੇ ਗੀਤ ਚੋਰੀ ਕਰਨ ਤੇ ਫੇਕ ਵਿਊਜ਼ ਕਰਵਾਉਣ ਦੇ ਆਰੋਪ ਲਾਏ ਸਨ, ਜਿਸ ਤੋਂ ਬਾਅਦ ਗੀਤ MP3 ਵਾਲੇ KV ਢਿੱਲੋਂ ਦੇ ਵਿਆਹ ਦੇ ਪ੍ਰੋਗਰਾਮ ਵਿੱਚ ਬੱਬੂ ਮਾਨ ਵੱਲੋਂ ਜਸ ਮਾਨਕ ਦੀ ਸਟੇਜ ਤੇ ਬੁਲਾ ਕੇ ਸਪੋਰਟ ਕੀਤੀ ਗਈ ਤੇ ਇਸ ਦੇ ਨਾਲ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮਾਨਕਾ ਦਬੀ ਨਾ ਮੈਂ ਤੇਰੇ ਨਾਲ ਹਾਂ। ਮਾਨਕ ਆ ਜਾ ਓਏ ਓਏ ਮਾਨਾ, ਓਏ ਮਾਨਾ ਤੇਰਾ ਫੈਨ ਕੱਟਣਾ, ਆਜਾ 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 ਜਿਉਂਦਾ ਰਹਿ, ਆਜਾ ਤੇਰੇ ਲਈ ਗਾਣਾ ਲਿਖਿਆ ਸਪੈਸ਼ਲ ਮੈਂ, ਜਿਉਂਦਾ ਰਹਿ, ਦਬਣਾ ਨੇ ਧੂੜ ਕੱਢ ਦੇਣੀ। ਇਸ ਤੋਂ ਬਾਅਦ ਸਿੱਧੂ ਮੂਸੇਵਾਲੇ ਵੱਲੋਂ ਇੱਕ ਸ਼ੋਅ ਦੌਰਾਨ ਕਿਹਾ ਗਿਆ ਕਿ ਚੇਲੇ ਉਸਤਾਦ ਇਕੱਠੇ ਹੋ ਜਾਓ, ਸਾਰੇ ਜੱਟ ਦੀ ਜ਼ੁਬਾਨ ਜੱਟ ਇਕੱਲਾ ਮਿਲੂਗਾ। ਇਹ ਸੁਣ ਬੱਬੂ ਮਾਨ ਦੇ ਫੈਨਸ ਵੱਲੋਂ ਮੂਸੇਵਾਲੇ ਤੇ ਇਲਜ਼ਾਮ ਲਾਇਆ ਗਿਆ ਕਿ ਸਿੱਧੂ ਨੇ ਇਹ ਰਿਪਲਾਈ ਬੱਬੂ ਮਾਨ ਨੂੰ ਕੀਤਾ ਹੈ, ਕਿਉਂਕਿ ਸਾਰੇ ਸਿੰਗਰ ਹੀ ਬੱਬੂ ਮਾਨ ਨੂੰ ਅਕਸਰ ਉਸਤਾਦ ਕਹਿੰਦੇ ਹਨ, ਜਿਸ ਤੋਂ ਬਾਅਦ ਦੋਵੇਂ ਗਾਇਕਾਂ ਦੇ ਫੈਨਸ ਇੱਕ ਦੂਸਰੇ ਸਿੰਗਰ ਨੂੰ ਰਿਪਲਾਈ ਕਰਨ ਲੱਗ ਪਏ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਬਾਰੇ ਖੁਦ ਬੱਬੂ ਮਾਨ ਜਾਂ ਸਿੱਧੂ ਮੂਸੇਵਾਲੇ ਵੱਲੋਂ ਅਜੇ ਤੱਕ ਕੋਈ ਸਫਾਈ ਨਹੀਂ ਦਿੱਤੀ ਗਈ। ਤੁਹਾਨੂੰ ਕੀ ਲੱਗਦਾ ਹੈ ਕਿ ਬੱਬੂ ਮਾਨ ਜਾਂ ਸਿੱਧੂ ਮੂਸੇਵਾਲੇ ਵੱਲੋਂ ਸੱਚਮੁੱਚ ਇੱਕ ਦੂਸਰੇ ਨੂੰ ਰਿਪਲਾਈ ਕੀਤਾ ਗਿਆ ਸੀ ਜਾਂ ਫਿਰ ਲੋਕਾਂ ਨੂੰ ਹੀ ਗਲਤ ਫੈਮਲੀ ਹੋ ਗਈ ਸੀ? ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਸੀਂ ਦੋਵਾਂ ਸਿੰਗਰਾਂ ਵਿੱਚੋਂ ਕਿਸ ਦੇ ਹੱਕ ਵਿੱਚ ਹੋ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।